ਇੱਕ ਤਰਫੀ ਬ੍ਰਹਮਾ ਇੱਕ ਛੋਕਰਾ। ਇੱਕ ਮੁੰਡੇ ਨੇ ਮੈਨੂੰ ਦੋਸਤੀ ਲਈ ਕਿਹਾ ਤੇ ਮੈਂ ਜਦੋਂ ਨਾ ਕਰ ਦਿੱਤੀ ਤਾਂ ਉਸਨੇ ਮੇਰੇ ਤੇ ਤੇਜ਼ਾਬ ਪਾ ਦਿੱਤਾ। ਜੇ ਮੈਂ ਕਿਤੇ ਕੰਮ ਤੋਂ ਬਾਹਰ ਜਾਂਦੀ ਹਾਂ ਜਾਂ ਆਪਣੇ ਘਰ ਦੇ ਬਾਹਰ ਬੈਠਦੀ ਹਾਂ ਤਾਂ ਬੱਚੇ ਮੈਨੂੰ ਦੇਖ ਕੇ ਡਰਦੇ ਨੇ, ਉਹ ਮੇਰੇ ਨੇੜੇ ਨਹੀਂ ਆਉਣਾ ਚਾਹੁੰਦੇ। ਮੈਨੂੰ ਲੱਗਦਾ ਸੀ ਕਿ ਮੈਂ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦੀ। ਇਕੱਲੇ ਹੋਣ ਕਰਕੇ ਮੈਂ ਅਕਸਰ ਰੋਂਦੀ ਹੁੰਦੀ ਸੀ। ਗੁਜਰਾਤ ਦੇ ਮਹਿਸਾਣਾ ਦੀ ਕਾਜਲ ਪ੍ਰਜਾਪਤੀ ਇੱਕ ਆਮ ਜ਼ਿੰਦਗੀ ਜਿਉਂ ਰਹੀ ਸੀ। ਉਹ ਪੜ੍ਹਨਾ ਚਾਹੁੰਦੀ ਸੀ ਅਤੇ ਅੱਗੇ ਵਧਣਾ ਚਾਹੁੰਦੀ ਸੀ, ਪਰ ਇੱਕ ਦਿਨ ਇੱਕ ਐਸਿਡ ਅਟੈਕ ਕਾਰਨ ਉਸਦੀ ਜ਼ਿੰਦਗੀ ਬਦਲ ਗਈ ਅਤੇ ਉਸਦੇ ਪਰਿਵਾਰ ਦੀ ਵੀ। 12ਵਾਂ ਦੌਰਾਨ ਮੈਂ ਕਾਮਰਸ ਮਾਰਦੀ ਹਾਂ, ਸਾਇੰਸ ਟਕਾਵਿਆ ਦਾ ਪਛੀ। ਮੈਂ ਕਾਮਰਸ ਵਿੱਚ 12ਵੀਂ ਕੀਤੀ ਹੈ ਅਤੇ ਮੇਰੇ 60% ਨੰਬਰ ਆਏ ਸਨ। ਫਿਰ ਮੇਰਾ ਕਾਲਜ ਵਿੱਚ ਐਡਮਿਸ਼ਨ ਹੋਇਆ ਅਤੇ ਉੱਥੇ ਇੱਕ ਮੁੰਡੇ ਨੇ ਮੇਰੇ 'ਤੇ ਤੇਜ਼ਾਬ ਪਾ ਦਿੱਤਾ। ਕਾਲਜ ਦੇ ਹੋਰ ਵਿਦਿਆਰਥੀ ਮੈਨੂੰ ਬਚਾਉਣ ਲਈ ਆਏ ਅਤੇ ਮੈਂ ਨਾ ਪਾੜੀ ਤੋ ਇਹਨੇ ਮਾਰੀ ਉੱਪਰ ਐਸਿਡ ਅਟੈਕ ਕਰਿਓ। ત્યારે કોલેજના જે સ્ટુડન્ટો હતા એમને દૂધ મારા ફેસ ઉપર નાખીને ઉન્હાને મેરે મુંહ તે દૂધ પાયા। મેનુ મેસના દે લાઈન હોસ્પિટલ વિચ લેકે ગયે। મેરા ઇલાજ વધિયા હોયા। પછી ત્યાં સાંજે પછી ત્યાં મને અમદાવાદ સિવિલ માં લઈ ગયા હતા। ઇસ હમલે વિચ કાજલ દિયા દોહે અખાં બુરી તરહ નુકસાનિયા ગઈયા। 5 સાલ અતે 27 ઓપરેશના તો બાદ ઉસ દે એક આંખ વિચ રોશની વાપસ આઈ હૈ। 3 ਸਾਲਾਂ ਤੱਕ ਦੇਖ ਨਹੀਂ ਸਕੀ, ਮੈਂ ਅੰਨੀ ਹੋ ਗਈ ਸੀ। ਉਸ ਵੇਲੇ ਲਾਇਨਸ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਮੇਰੀਆਂ ਅੱਖਾਂ ਨੂੰ ਨੁਕਸਾਨ ਪਹੁੰਚਿਆ। ਮੇਰੀ ਅੱਖੋਂ ਫੇਲ થઈ ਗਈ ਛ। ਪછી ਤੇ ਅਮਦਾਵਾਦ ਸਿਵਿਲ ਮਾਂ ਲਈ ਗਿਆ। ਸਿਵਿਲ ਹਸਪਤਾਲ ਦੀ ਡਾਕਟਰ ਨੇ ਮੇਰਾ ਬਹੁਤ ਵਧੀਆ ਇਲਾਜ ਕੀਤਾ ਅਤੇ ਉਸੇ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਮੈਂ ਮੁੜ ਦੁਨੀਆ ਨੂੰ ਦੇਖ ਰਹੀ ਹਾਂ। ਕਾਜਲ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਰਾਨੋਸਨ ਪਿੰਡ ਦੀ ਹੈ। ਉਸਦੇ ਪਿਤਾ ਇੱਕ ਆਟੋ ਡਰਾਈਵਰ ਅਤੇ ਮਾਂ ਖੇਤ ਮਜ਼ਦੂਰ। ਉਸਦੇ ਮਾਪਿਆਂ ਕੋਲ ਜੋ ਕੁਝ ਵੀ ਸੀ ਉਹ ਉਹਨਾਂ ਨੇ ਕਾਜਲ ਦੇ ਇਲਾਜ ਲਈ ਖਰਚ ਕਰ ਦਿੱਤੇ। 5 ਸਾਲ ਸਾਡੀ ਜ਼ਿੰਦਗੀ ਦੇ ਬਹੁਤ ਦਰਦਨਾਕ ਸਨ। ਅਸੀਂ ਬੜੀਆਂ ਪਰੇਸ਼ਾਨੀਆਂ ਝੱਲੀਆਂ। ਜ਼ਿੰਦਗੀ ਇੰਨੀ ਮੁਸ਼ਕਲ ਹੋ ਗਈ ਸੀ ਕਿ ਇਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਲਫ਼ਜ਼ ਨਹੀਂ ਹਨ। ਅਸੀਂ ਜਦੋਂ ਵੀ ਹਸਪਤਾਲ ਜਾਂ ਕਲੀਨਿਕ ਦਾ ਨਾਮ ਸੁਣਦੇ ਹਾਂ ਅਸੀਂ ਡਰ ਜਾਂਦੇ ਹਾਂ। ਅਸੀਂ ਆਪਰੇਸ਼ਨ ਦੀ ਤਰੀਕ ਲਈ ਡਾਕਟਰਾਂ ਦੇ ਚੱਕਰ ਲਗਾਉਂਦੇ ਸੀ। ਅਸੀਂ ਆਪਰੇਸ਼ਨ ਤੋਂ ਬਾਅਦ 15-20 ਦਿਨ ਹਸਪਤਾਲ ਵਿੱਚ ਹੀ ਰਹਿੰਦੇ। ਸਾਡੇ ਸਾਰੇ ਕੰਮ 15 ਦਿਨ ਲਈ ਠੱਪ ਹੋ ਜਾਂਦੇ ਸਨ। ਸਾਨੂੰ ਨਹੀਂ ਪਤਾ ਹੁੰਦਾ ਸੀ ਕਿ ਪਿੱਛੇ ਘਰ ਵਿੱਚ ਕੀ ਹੋ ਰਿਹਾ ਹੈ। ਮੈਂ ਇੱਕ ਮਜ਼ਦੂਰ ਹਾਂ, ਸਾਰਾ ਦਿਨ ਕੰਮ ਕਰਦੀ ਹਾਂ। ਇਲਾਜ ਦੇ ਲਈ ਮੈਨੂੰ ਆਪਣੇ ਸਾਰੇ ਗਹਿਣੇ ਵੇਚਣੇ ਪਏ। ਹੁਣ ਤੱਕ ਮੈਂ ਇਲਾਜ ਦੇ ਲਈ 10-11 ਲੱਖ ਰੁਪਏ ਖਰਚ ਚੁੱਕੀ ਹਾਂ। ਹਜੇ ਵੀ ਇਲਾਜ ਚੱਲ ਰਿਹਾ, ਪਤਾ ਨਹੀਂ ਕਿੰਨੀ ਦੇਰ ਚੱਲੇਗਾ। ਮੈਨੂੰ ਨਹੀਂ ਪਤਾ ਕਿ ਹੁਣ ਇਲਾਜ ਦੇ ਲਈ ਹੋਰ ਕਿੰਨੇ ਪੈਸੇ ਲੱਗਣਗੇ ਅਤੇ ਅੱਗੇ ਉਸਦੇ ਲਈ ਕੀ ਹੈ। ਆਪਰੇਸ਼ਨ ਬਹੁਤ ਦਰਦਨਾਕ ਸੀ। ਮੈਂ ਬਹੁਤ ਦਰਦ ਬਰਦਾਸ਼ਤ ਕੀਤਾ ਹੈ। ਮੇਰੇ ਨੱਕ ਵਿੱਚ ਫੂਡ ਪਾਈਪ ਹੁੰਦੀ ਸੀ, ਮੇਰੇ ਹੱਥ 'ਤੇ ਡ੍ਰਿਪ ਲੱਗੀ ਹੁੰਦੀ ਸੀ। ਮੈਂ 20-25 ਦਿਨ ਬੈੱਡ 'ਤੇ ਰਹੀ। ਮੈਂ ਕੁਝ ਨਹੀਂ ਦੇਖ ਸਕਦੀ ਸੀ। ਮੈਂ ਹਰ ਚੀਜ਼ ਲਈ ਆਪਣੇ ਮਾਪਿਆਂ 'ਤੇ ਨਿਰਭਰ ਸੀ। ਮੈਂ ਉਵੇਂ ਹੀ ਕਰਦੀ ਜਿਵੇਂ ਮੇਰੇ ਮਾਪਿਓ ਮੈਨੂੰ ਕਰਨ ਲਈ ਕਹਿੰਦੇ। ਪਹਿਲਾਂ ਰਾਜ ਸਰਕਾਰ ਨੇ ਉਹਨਾਂ ਨੂੰ 1 ਲੱਖ ਰੁਪਏ ਦੀ ਮਦਦ ਦਿੱਤੀ ਅਤੇ ਫਿਰ 2 ਲੱਖ ਰੁਪਏ ਹੋਰ ਦਿੱਤੇ। ਹੁਣ ਤੱਕ ਉਹਨਾਂ ਦੇ ਇਲਾਜ ਉੱਪਰ 8-10 ਲੱਖ ਰੁਪਏ ਦਾ ਖਰਚਾ ਆ ਚੁੱਕਾ ਹੈ। ਪਿਛਲੇ 6 ਸਾਲਾਂ ਤੋਂ ਪਰਿਵਾਰ ਨੇ ਕੋਈ ਵੀ ਤਿਉਹਾਰ ਨਹੀਂ ਮਨਾਇਆ। ਇਸ ਘਟਨਾ ਤੋਂ ਬਾਅਦ ਕਾਜਲ ਨੂੰ ਲੋਕ ਬਹੁਤ ਕੁਝ ਕਹਿੰਦੇ ਸੀ। ਜੇ ਮੈਂ ਕਿਤੇ ਕੰਮ ਤੋਂ ਬਾਹਰ ਜਾਂਦੀ ਹਾਂ ਜਾਂ ਆਪਣੇ ਘਰ ਦੇ ਬਾਹਰ ਬੈਠਦੀ ਹਾਂ ਤਾਂ ਬੱਚੇ ਮੈਨੂੰ ਦੇਖ ਕੇ ਡਰਦੇ ਨੇ, ਉਹ ਮੇਰੇ ਨੇੜੇ ਨਹੀਂ ਆਉਣਾ ਚਾਹੁੰਦੇ। ਮੈਨੂੰ ਲੱਗਦਾ ਸੀ ਕਿ ਮੈਂ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦੀ। ਇਕੱਲੇ ਹੋਣ ਕਰਕੇ ਮੈਂ ਅਕਸਰ ਰੋਂਦੀ ਹੁੰਦੀ ਸੀ। ਮਾਨਸਿਕਤਾ ਇਹ ਵੀ ਕਿ ਲੋਕ ਹੱਥ ਪੱਗ ਉੱਪਰ ਹੋ ਤੋ ਸਾਰੂ, ਪਰ ਨਾ ਜੋ ਹੋ ਤੋ ਸਾਰੂ ਹੋ ਤੂੰ। ਇਸ ਤੋਂ ਪਹਿਲਾਂ ਕਾਜਲ ਪੁਲਿਸ ਫੋਰਸ ਜੁਆਇਨ ਕਰਨਾ ਚਾਹੁੰਦੀ ਸੀ, ਪਰ ਹੁਣ IAS ਅਫਸਰ ਬਣਨਾ ਚਾਹੁੰਦੀ ਹੈ ਅਤੇ ਦੂਜੀਆਂ ਐਸਿਡ ਅਟੈਕ ਪੀੜਤ ਔਰਤਾਂ ਦੀ ਮਦਦ ਕਰਨਾ ਚਾਹੁੰਦੀ ਹੈ। ਉਹ ਪੜ੍ਹਨਾ ਚਾਹੁੰਦੀ ਸੀ ਅਤੇ ਕਾਲਜ ਵਿੱਚ ਦਾਖਲਾ ਵੀ ਲਿਆ ਸੀ। ਮੈਂ ਕੁੜੀਆਂ ਲਈ ਕੰਮ ਕਰਨਾ ਚਾਹੁੰਦੀ ਹਾਂ ਤਾਂ ਜੋ ਉਹ ਆਪਣੇ ਆਪ ਨੂੰ ਤੇਜ਼ਾਬੀ ਹਮਲਿਆਂ ਤੋਂ ਬਚਾ ਸਕਣ। ਮੈਂ ਨਹੀਂ ਚਾਹੁੰਦੀ ਕਿ ਅਜਿਹੇ ਹਾਦਸੇ ਕੁੜੀਆਂ ਨਾਲ ਮੁੜ ਵਾਪਰਨ। ਕਾਜਲ ਤੇ ਜਿਸ ਨੌਜਵਾਨ ਨੇ ਤੇਜ਼ਾਬ ਸੁੱਟਿਆ ਸੀ ਉਸਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ।